ਕੱਲ ਦੀ ਰੀਸ਼ਫਲਿੰਗ ਚ ਦੋ ਚੀਜ਼ਾਂ ਬਾਹਰ ਆਈਆਂ। ਇੱਕ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਫੀਸ਼ੀਅਲੀ ਮੰਨ ਲਿਆ ਕਿ ਉਹਨਾਂ ਦੀ ਸਰਕਾਰ ਅੱਛਾ ਕੰਮ ਨਹੀਂ ਕਰ ਪਾ ਰਹੀ ਸੀ, ਐਫੀਸ਼ੀਐਂਸੀ ਲੈਵਲ ਜ਼ੀਰੋ ਸੀ, ਜਿਹੜੇ ਵਾਅਦਿਆਂ ਨੂੰ ਲੈ ਕੇ ਉਹ ਸਰਕਾਰ ਚਾਹੀ ਸੀ ਉਹ ਵਾਅਦੇ ਉਹ ਪੂਰੇ ਨਹੀਂ ਕਰ ਪਾ ਰਹੇ। ਮੈਂ ਸਮਝਣਾ ਕੱਲ ਦੀ ਰੀਸ਼ਫਲ ਕੈਪਟਨ ਅਮਰਿੰਦਰ ਸਿੰਘ ਜੀ ਦੇ 2 ਸਾਲ 3 ਮਹੀਨਿਆਂ ਦੀ ਨਾਕਾਮੀ ਨੂੰ ਸਰਟੀਫਾਈਡ ਕਰਦੀ। ਔਰ ਦੂਸਰਾ, ਕੈਪਟਨ ਸਾਹਿਬ ਤੁਸੀਂ ਚਿਹਰੇ ਬਦਲ ਰਹੇ ਹੋ, ਚਿਹਰੇ ਨਹੀਂ ਸਰਕਾਰ ਦਾ ਚਰਿੱਤਰ ਬਦਲਣਾ ਪਏਗਾ। ਸਰਕਾਰ ਨੂੰ ਆਪਣੇ ਏਜੰਡੇ ਨੂੰ ਜਿਹੜਾ ਮੈਨੀਫੈਸਟੋ ਉਹਨਾਂ ਨੇ ਪੇਸ਼ ਕੀਤਾ ਸੀ, ਉਸ ਮੈਨੀਫੈਸਟੋ ਨੂੰ ਸਾਹਮਣੇ ਰੱਖ ਕੇ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ ਉਹ ਵਾਅਦੇ ਪੂਰੇ ਕਰਨੇ ਪੈਣਗੇ। ਉਹ ਵਾਅਦੇ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੂਰੇ ਨਹੀਂ ਕਰੇਗੀ, ਉਹਨਾਂ ਚਿਰ ਚਿਹਰਿਆਂ ਬਦਲਣ ਨਾਲ ਕੁਛ ਹੋਣ ਵਾਲਾ ਨਹੀਂ। ਦੂਸਰਾ, ਕੱਲ ਦੀ ਸ਼ਫਲਿੰਗ ਤੋਂ ਵੀ ਗੱਲ ਬਿਲਕੁਲ ਸਾਹਮਣੇ ਆਈ ਹੈ ਕਿ ਕਾਂਗਰਸ ਦੀ ਸਰਕਾਰ ਚ ਸਭ ਅੱਛਾ ਨਹੀਂ ਹੈ। ਜਿਸ ਤਰ੍ਹਾਂ ਤੇਲੰਗਾਨਾ ਚ, ਦੇਸ਼ ਦੇ ਅਲੱਗ ਅਲੱਗ ਕੋਨਿਆਂ ਚ ਕਾਂਗਰਸ ਦੇ ਵਿਧਾਇਕ ਆਪਣੀ ਪਾਰਟੀਆਂ ਨੂੰ ਛੱਡ ਕੇ ਜਾ ਰਹੇ, ਔਰ ਲੀਡਰਸ਼ਿਪ ਕ੍ਰਾਈਸਿਸ ਬਹੁਤ ਵੱਡਾ ਪੂਰੇ ਦੇਸ਼ ਦੇ ਅੰਦਰ ਕਾਂਗਰਸ ਚ ਖੜਾ ਹੋਇਆ ਹੈ। ਢੇਰਾਂ ਦੇ ਢੇਰ ਲੋਕ ਕਾਂਗਰਸ ਤੋਂ ਬਾਹਰ ਜਾ ਰਹੇ, ਲੈਜਿਸਲੇਟਿਵ ਦੇ ਲੋਕ ਬਾਹਰ ਜਾ ਰਹੇ, ਲੋਕ ਦੂਜੀਆਂ ਪਾਰਟੀਆਂ ਜੁਆਇਨ ਕਰਾ ਰਹੇ। ਕਿਰੇ ਨਾ ਕਿਰੇ ਜਿਹੜੀ ਆਂਤਰਿਕ ਲੜਾਈ ਔਰ ਹਤਾਸ਼ਾ ਨਿਰਾਸ਼ਾ ਉਹ ਪੰਜਾਬ ਦੀ ਕਾਂਗਰਸ ਚ ਵੀ ਦਿਸ ਰਹੀ ਹੈ। ਜੇ ਕੈਪਟਨ ਸਾਹਿਬ ਦੇ ਮੁਤਾਬਕ ਉਹਨਾਂ ਨੇ 8 ਸੀਟਾਂ ਜਿੱਤੀਆਂ, ਬਹੁਤ ਅੱਛੀ ਜਿੱਤ ਹੈ। ਜੇ ਜਿੱਤ ਅੱਛੀ ਹੈ ਤਾਂ ਸਜ਼ਾ ਕਿਉਂ? ਜੇ ਜਿੱਤ ਅੱਛੀ ਹੈ ਤਾਂ ਵਿਭਾਗਾਂ ਦਾ ਬਦਲ ਕਿਉਂ? ਜਿੱਤ ਅੱਛੀ ਹੈ ਤੇ ਫਿਰ ਆਪਣੇ ਕੁਲੀਗਸ ਤੇ ਆਰੋਪ ਕਿਉਂ? ਜਦਕਿ ਸੱਚ ਇਹ ਹੈ ਕਿ ਉਹਨਾਂ ਦੀ ਜਿਹੜੇ ਪੈਰਾਂ ਥੱਲੇ ਉਹ ਮਿੱਟੀ ਖਿਸਕ ਰਹੀ ਹੈ। ਉਹਨਾਂ ਨੂੰ ਦਿਸ ਰਿਹਾ ਕਿ 2022 ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਅੰਤ ਹੋਣ ਵਾਲਾ, ਉੱਥੇ ਕਾਂਗਰਸ ਲੋਐਸਟ ਮਾਰਜਨ ਤੇ ਪੰਜਾਬ 'ਚ ਜਾਏਗੀ। ਨਵਜੋਤ ਸਿੰਘ ਸਿੱਧੂ ਜਿਹੜਾ ਸਰਟੀਫਿਕੇਟ ਦੇ ਰਹੇ ਸੀ ਕਿ ਇਹ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਚੁੱਕੀ ਹੈ, ਮੁਕਰ ਚੁੱਕੀ ਹੈ, ਉਹ ਸਰਟੀਫਿਕੇਟ ਨੂੰ ਕੱਲ ਕੈਪਟਨ ਸਾਹਿਬ ਨੇ ਪੱਕੀ ਮੋਹਰ ਲਾ ਦਿੱਤੀ। ਬਾਕੀ ਰਹੀ ਸਿੱਧੂ ਦੀ ਗੱਲ, ਇਹਦੇ ਬਾਰੇ ਤਾਂ ਕੈਪਟਨ ਸਾਹਿਬ ਵੀ ਜ਼ਿਆਦਾ ਦੱਸਣਗੇ ਕਿ ਅੱਜ ਉਹਨਾਂ ਦਾ ਦੁਲਾਰਾ ਹੈ ਕਿ ਨਹੀਂ ਹੈ, ਕੈਪਟਨ ਸਾਹਿਬ ਔਰ ਇਹ ਕੈਪਟਨ ਹੈਗੇ ਕਿ ਨਹੀਂ ਹੈਗੇ, ਉਹ ਬੰਬਈ ਵਿਅਸਤ ਰਹੇਗਾ ਕਿ ਪਾਵਰ ਫੁੱਲ ਮੰਤਰੀ ਪੰਜਾਬ ਦੇ ਕਿਸਾਨਾਂ ਨੂੰ ਕੱਟ ਫਰੀ ਇਲੈਕਟ੍ਰੀਸਿਟੀ ਦੇਵੇਗਾ, ਪੰਜਾਬ ਦੇ ਵਪਾਰੀਆਂ ਨੂੰ ਕੱਟ ਫਰੀ ਪਾਵਰ ਦੇਵੇਗਾ, ਪੰਜਾਬ ਦੇ ਅੰਦਰ ਜਿਹੜਾ ਪਿਛਲੇ ਲਗਭਗ 28 ਮਹੀਨਿਆਂ 'ਚ 25% ਤੋਂ ਜ਼ਿਆਦਾ ਇਲੈਕਟ੍ਰੀਸਿਟੀ ਰੇਟ ਵਧੇ ਨੇ, ਹੋਰ ਤੋਂ ਕੀ ਰਾਹਤ ਦੇਵੇਗਾ। ਅਤੇ ਨਵਜੋਤ ਸਿੰਘ ਸਿੱਧੂ ਨੂੰ ਸੈਕਿੰਡ ਚਾਂਸ ਜਿਹੜਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਦਿੱਤਾ, ਪੂਰੀ ਪਰਫੋਰਮੈਂਸ ਦਾ ਟਾਈਮ ਹੈ। ਬਾਕੀ ਸਿੱਧੂ ਕੀ ਹੈ ਉਹ ਤਾਂ ਸਾਰੀ ਪ੍ਰੈਸ ਨੂੰ ਵੀ ਪਤਾ ਹੈ ਕਿ ਉਹੀ ਸਿੱਧੂ ਹੈ ਜਿਹੜਾ ਜੇਤਲੀ ਸਾਹਿਬ ਨੂੰ ਆਪਣਾ ਪਿਤਾ ਕਹਿੰਦਾ ਸੀ, ਮੋਦੀ ਸਾਹਿਬ ਨੂੰ ਆਪਣਾ ਗੁਰੂ ਕਹਿੰਦਾ ਸੀ।